ਪੀ.ਡੀ.ਸੀ ਪੰਜਾਬੀ ਦੇ ਓਮਨੀ ਰੀਅਲਟੀ ਸ਼ੋ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਬੈਠੇ ਹਾਂ ਹਰਮਨ ਭਾਜੀ ਦੇ ਨਾਲ ਇਹਨਾਂ ਦੇ ਆਫਿਸ ਦੇ ਵਿੱਚ ਓਮਨੀ ਮਾਰਗੇਜ ਦਾ ਆਫਿਸ ਹੈ ਜਿਸ ਨੂੰ ਇਹਨਾਂ ਨੇ ਓਮਨੀ ਰੀਅਲਟੀ ਵਿੱਚ ਵੀ ਚੇਂਜ ਕੀਤਾ ਹੈ। ਹਰਮਨ ਭਾਜੀ ਸਾਰੇ ਅਸੀਂ ਇੰਡੀਆ ਤੋਂ ਆਏ ਹਾਂ। ਤੁਸੀਂ ਕਦੋਂ ਆਏ ਸੀ ਇੱਥੇ ਤੇ ਆ ਕੇ ਕੀ-ਕੀ ਸੰਘਰਸ਼ ਪਹਿਲਾਂ ਕੀਤਾ? ਮੇਰੇ ਸਾਰੇ ਪੀ.ਡੀ.ਸੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਸ਼ੁਰੂ ਨਵਾਂ ਸ਼ੁਰੂ ਕਰ ਰਹੇ ਹਾਂ ਕਿ ਜਿਹਦੇ ਨਾਲ ਅਸੀਂ ਇਨਫੋਰਮੇਸ਼ਨ ਰੀਅਲ ਅਸਟੇਟ ਦੀ ਤੇ ਮਾਰਗੇਜ ਦੀ ਲੈ ਕੇ ਆਵਾਂਗੇ ਆਪਣੇ ਦਰਸ਼ਕਾਂ ਵਾਸਤੇ ਤੇ ਜੋ ਮੇਰੀ ਬੈਕਗ੍ਰਾਉਂਡ ਹੈ ਕਿ ਮੈਂ ਆਪਣਾ ਇਹ 1985 ਚ ਇਸ ਕੰਟਰੀ ਚ ਆਇਆ ਸੀਗਾ ਤੇ 2-3 ਸਾਲ ਬਾਅਦ ਮੈਂ ਦੇਖਿਆ ਕਿ ਸਾਡੇ ਕਮਿਊਨਿਟੀ ਵਿੱਚ ਥੋੜੀ ਨੀਡ ਸੀਗੀ ਕਿ ਕੋਈ ਰੀਅਲ ਅਸਟੇਟ ਏਜੰਟ ਨਹੀਂ ਸੀਗੇ ਤੇ ਆਪਣੀ ਕਮਿਊਨਿਟੀ ਅਜੇ ਸਟਾਰਟ ਮੂਵਿੰਗ ਰਿਚਮੰਡਲ ਚੋਈ ਸੀ ਤੇ ਮੈਂ 88 ਦੇ ਵਿੱਚ ਲਾਇਸੈਂਸ ਅਪਲਾਈ ਕੀਤਾ 88 ਤੋਂ ਕੰਮ ਸ਼ੁਰੂ ਕਰਕੇ 89 ਮੈਂ ਫੁੱਲ ਸਕਿਲ ਤੇ ਰੀਅਲ ਅਸਟੇਟ ਦਾ ਕੰਮ ਸ਼ੁਰੂ ਕੀਤਾ ਤੇ ਆਪਣੀ ਕਮਿਊਨਿਟੀ ਦੇ ਨਾਲ ਕਾਫੀ ਅਸੀਂ ਯੂ ਨੋ ਇਨਵੋਲ ਹੋ ਕੇ ਕਮਿਊਨਿਟੀ ਕਾਰਜ ਰਬਦੀ ਸੀ ਅਸੀਂ ਉਹਨਾਂ ਨੂੰ ਕਰ ਦਿਖਾਏ ਤੇ ਉਸ ਟਾਈਮ ਤੋਂ ਮਤਲਬ ਜਿਵੇਂ ਬੜੇ ਮਿਨਿਮਮ ਜੇ ਕਾਜੇ ਅਰਜੈਂਟ ਸੀਗੇ ਤੇ ਟੂ ਕਮਿਊਨਿਟੀ ਇਹ ਕਰਕੇ ਅਸੀਂ ਕਾਫੀ ਕਮਿਊਨਿਟੀ ਦੀ ਸਪੋਰਟ ਦੀ ਕਮਿਊਨਿਟੀ ਸਾਡੀ ਸਪੋਰਟ ਕੀਤੀ ਤੇ ਅਸੀਂ ਇਹ ਨਾਲ ਸਾਈਡ ਦਾ ਕੰਮ ਸ਼ੁਰੂ ਕੀਤਾ 88 ਤੋਂ ਮੈਂ ਕੰਮ ਸ਼ੁਰੂ ਕੀਤਾ ਵੀ ਆ ਭਾਜੀ ਇਹ ਲਾਇਸੈਂਸ ਲੈਣਾ ਕਾਫੀ ਮੁਸ਼ਕਲ ਹੋ ਜਾਂਦਾ ਜਦੋਂ ਬੰਦਾ ਇੰਡੀਆ ਤੋਂ ਆਵੇ ਉਹਨੂੰ ਕਾਨੂੰਨਾ ਵਗੈਰਾ ਦਾ ਪਤਾ ਹੀ ਨਹੀਂ ਹੁੰਦਾ ਕੁਝ ਇੱਥੇ ਦੇ ਸਭ ਕੁਝ ਸਿਸਟਮ ਡਿਫਰੈਂਟ ਹੈ ਤੇ ਤੁਹਾਡੀ ਕਿਸੇ ਨੇ ਮਦਦ ਕੀਤੀ ਸੀ ਕਿ ਤੁਸੀਂ ਸਭ ਕੁਝ ਆਪਣੇ ਤੌਰ ਤੇ ਕੀਤਾ ਜੇ ਇਹ ਜੀ ਹੁੰਦਾ ਵੀ ਕਿ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਰੱਬ ਬੰਦਾ ਮਿਲ ਜਾਂਦਾ ਹੈ ਤੇ ਮੈਂ ਅਸੀਂ ਰਹਿੰਦੇ ਸੀ ਇੱਥੇ ਰਿਚਮਨ ਹਿਲ ਚ ਤੇ ਮੈਂ ਰੋਜ਼ ਸਵੇਰੇ ਜਦੋਂ ਕੋ জব ਤੇ ਜਾਂਦਾ ਸੀ ਮੈਂ ਨਟਨ ਦੇ ਵਿੱਚ ਤੇ ਇੱਕ ਰਿਲੇਟਿਡ ਆਫਿਸ ਆਉਂਦਾ ਸੀ ਰਸਤੇ 'ਚ ਤੇ ਉਹ ਜਿਹੜਾ ਉਹਦਾ ਓਨਰ ਸੀਗਾ ਉਹ ਬੜਾ 올ਡ ਫੈਸ਼ਨ ਵੇ ਆਪਣਾ ਸਵੇਰੇ ਰੋਜ਼ ਆਪਣੇ ਦਫਤਰ ਦੇ ਅੱਗੇ ਬੜਾ ਵੱਡਾ ਆਫਿਸ ਸੀਗਾ ਕਾਫੀ ਅਮੀਰ ਸੀਗਾ ਬੜੇ ਏਜੰਸੀ ਕਿ ਉਹਨੂੰ ਤਾਂ ਵੀ ਸ਼ੌਂਕ ਸੀਗਾ ਸਵੇਰੇ ਬਾਹਰ ਖੜ੍ਹ ਕੇ ਝਾੜੂ ਮਾਰਦਾ ਹੁੰਦਾ ਸੀ ਜਸਟ ਕਿ ਇਹ ਨਹੀਂ ਕਿ ਉਹਨੂੰ ਪੈਸੇ ਦੀ ਲੋੜ ਸੀ ਆਫੋਰਡ ਨਹੀਂ ਕਰ ਸਕਦਾ ਕਿਸੇ ਨੂੰ ਉਹਦਾ ਸੀਗਾ ਕਿ ਮੈਂ ਜਦੋਂ ਸਾਰੇ ਬੰਦੇ ਨਿਕਲਦੇ ਨੇ ਸਵੇਰੇ ਮੈਂ ਸਭ ਨੂੰ ਗੁੱਡ ਮਾਰਨਿੰਗ ਕਰਾਂ ਉਹਨੇ ਮੈਨੂੰ ਵੀ ਗੁੱਡ ਮਾਰਨਿੰਗ ਕਰਨੀ ਭਾਵੇਂ ਉਹਨੂੰ ਨਹੀਂ ਜਾਂਦਾ ਸੀਗਾ ਤੇ ਇੱਕ ਦਿਨ ਮੈਂ ਸ਼ਾਮੀ ਵਾਪਸ ਆਇਆ ਤੇ ਉਹ ਉੱਥੇ ਬਾਹਰ ਖੜ੍ਹਾ ਸੀ ਤੇ ਮੈਨੂੰ ਪੁੱਛ ਲਿਆ ਮੈਂ ਕਿ ਤੁਸੀਂ ਜਿਹੜਾ ਮਕਾਨ ਵੇਚਦੇ ਆਦੇ ਕੀ ਉਹਨੇ ਮੈਨੂੰ ਬਿਠਾਇਆ ਮੈਨੂੰ ਪੂਰਾ ਸਮਝਾਇਆ ਕਿ ਵੀ ਐਵੇਂ ਲਾਇਸੈਂਸ ਲਈਦਾ ਐ ਦੀ ਪੜਾਈ ਕਰੀਦਾ ਤੇ ਉਹ ਜਿਵੇਂ ਸਾਡਾ ਗੋਡਫਾਦਰ ਬਣ ਕੇ ਉਹਨੇ ਮੈਨੂੰ ਪੂਰੀ ਹੈਲਪ ਕੀਤੀ ਤੇ ਅੱਜ ਉਹਦੀ ਬਦੌਲਤ ਅਸੀਂ ਆਜਾ ਤੇ ਖੜੇ ਆ ਅੱਜ ਸਾਡਾ ਆਫਿਸ ਰਿਲੇਸ਼ਨ ਦਾ ਆਫਿਸ ਹੈ ਬੜਾ ਪ੍ਰੋਮਿਨੈਂਟ ਰਿਚਮੈਂਟ ਹੈ ਤੇ ਬੜਾ ਵੱਡਾ ਮਾਰਗੇਜ ਦਾ ਆਫਿਸ ਹੈ ਸਾਡੇ ਅਸੀਂ ਉਹ ਸਭ ਉਹਦੀ ਗਾਈਡੈਂਸ ਨਾਲ ਹੋਇਆ ਅ ਗਰਦੀ ਭਾਜੀ ਤੁਸੀਂ ਇੱਕ ਫੈਮਿਲੀ ਮੈਂਬਰ ਹੋ ਇਹਨਾਂ ਦੇ ਬਹੁਤ ਹੀ ਨੇੜੇ ਕਲੋਜ਼ਲੇ ਮੈਂਬਰ ਹੋ ਤੁਸੀਂ ਕਦੋਂ ਇੱਧਰ ਇੰਡੀਆ ਤੋਂ ਹੀ ਆਏ ਹੋ ਕਦੋਂ ਤੁਹਾਡਾ ਦਿਲ ਚ ਆਇਆ ਕਿ ਤੁਸੀਂ ਵੀ ਇੱਧਰ ਮੂਵ ਹੋਣਾ ਤੇ ਕਦੋਂ ਆਏ ਤੁਸੀਂ ਤੇ ਕੀ ਕੀ ਇੱਥੇ ਆ ਕੇ ਤੁਹਾਨੂੰ ਪ੍ਰੋਬਲਮਾਂ ਆਈਆਂ ਤੇ ਕਦੋਂ ਤੁਸੀਂ ਇਹ ਰੀਅਲ ਏਸਟੇਟ ਵਾਲੇ ਪਾਸੇ ਕਦੋਂ ਤੇ ਕਿਉਂ ਆਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਦੀਪ ਸਿੰਘ ਮੈਂ 2005 ਦੇ ਵਿੱਚ ਲੁਧਿਆਣਾ ਸ਼ਹਿਰ ਪੰਜਾਬ ਦੇ ਵਿੱਚੋਂ ਇੱਥੇ ਆਇਆ ਤੇ ਹਰਮਨਜੀਤ ਕੋਲ ਹੀ ਆਇਆ ਸਿੱਧਾ ਤੇ ਹਰਮਨਜੀਤ ਮਾਮਾ ਜੀ ਲੱਗਦੇ ਨੇ ਤੇ ਲੋਕੀ ਕਹਿੰਦੇ ਹਾਰਡਸ਼ਿਪ ਹੁੰਦੀ ਹੈ ਪ੍ਰੋਬਲਮ ਆਂਦੀ ਹੈ ਬਟ ਜਿਵੇਂ ਇੰਡੀਆ ਚ ਮੇਰੇ ਪੇਰੈਂਟਸ ਨੇ ਤੇ ਇੱਥੇ ਮਿਸਟਰ ਹਰਮਨ ਨੇ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਇਆ ਪਹਿਲੇ ਦਿਨ ਤੋਂ ਹੀ ਮੈਨੂੰ ਇੱਕ ਆਫਿਸ ਮਿਲ ਗਿਆ ਪਹਿਲੇ ਦਿਨ ਤੋਂ ਹੀ ਮੈਨੂੰ ਕੰਮ ਮਿਲ ਗਿਆ bizness ਮਿਲ ਗਿਆ ਤੇ ਮੈਰੀ ਅਸਟੇਟ ਦਾ ਲਾਇਸੈਂਸ ਲੈ ਲਿਆ ਸੀ 2006 ਦੇ ਵਿੱਚ ਤੇ ਉਸ ਤੋਂ ਬਾਅਦ ਹਾਸ ਤੱਕ 2000 2021 ਆ ਗਿਆ ਤੇ ਮੈਂ ਹਰਮਨ ਜੀ ਦੇ ਨਾਲ ਹੀ ਆ ਤੇ ਹਰਮਨ ਜੀ ਦੇ ਨਾਲ ਹੀ ਰਵਾਂਗਾ ਅੱਗੇ ਤੇ ਕੋਈ ਐ ਹੋਜੀ ਕੋਈ ਪ੍ਰੋਬਲਮ ਨਹੀਂ ਆਈ ਬਟ ਲਾਇਸੈਂਸ ਵਿੱਚ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਇਆ ਯੂ ਜਸਟ ਨੀਡ ਟੂ ਕਨਸੈਂਟਰੇਟ ਵਰਕ ਹਾਰਡ ਤੇ ਮੈਂ ਕਾਫੀ ਮਿਹਨਤ ਕਰ ਰਿਹਾ ਹਾਂ ਕਾਫੀ ਕੁਝ ਕਰ ਰਿਹਾ ਹਾਂ ਅਸੀਂ ਤੇ ਅਸੀਂ ਆਪਣੀ ਅੰਡਸਟਰੀ ਨੂੰ ਬਿਲਡ ਕਰ ਰਿਹਾ ਹਾਂ ਆਫਿਸ ਨੂੰ ਬਿਲਡ ਕਰ ਰਿਹਾ ਹਾਂ ਰੀਅਲ ਏਸਟੇਟ ਨੂੰ ਅਸੀਂ ਕਾਫੀ ਮਿਹਨਤ ਨਾਲ ਅਸੀਂ ਪੁਸ਼ ਕਰ ਰਹੇ ਹਾਂ ਤੇ ਰਿਚਮੰਡ ਹਿਲ ਚ ਅਸੀਂ ਸਰਵ ਕਰਦੇ ਆ ਤੇ ਸਾਡੀ ਇੱਕ ਲੋਕੇਸ਼ਨ ਹੈਕਸਵਿਲ ਚ ਵੀ ਹੈ ਤੇ ਅਸੀਂ ਉੱਥੇ ਵੀ ਕੰਮ ਕਰ ਰਹੇ ਹਾਂ ਤੇ ਤੁਹਾਡੀ ਕੋਈ ਵੀ ਰਿਕੁਆਇਰਮੈਂਟ ਹੋਵੇ ਕਿਸੇ ਤਰੀਕੇ ਦੀ ਰਿਕੁਆਇਰਮੈਂਟ ਹੋਵੇ ਅਸੀਂ ਇੱਥੇ ਹਾਂ ਤੇ ਯੂ ਕੈਨ ਰੀਚ ਅਸ ਐਨੀ ਟਾਈਮ ਅ ਤੀਸਰੇ ਮੈਂਬਰ ਫੈਮਿਲੀ ਮੈਂਬਰ ਹੈ ਰਮਨਜੀਤ ਬਿੰਦਰਾ ਬਿੰਦਰਾ ਜੀ ਤੁਸੀਂ ਕਦੋਂ ਇੱਥੇ ਸੋਚਿਆ ਕਿ ਮੈਂ ਇੰਡੀਆ ਤੋਂ ਇੱਥੇ ਆਜਮਾਂ ਤੇ ਆ ਕੇ ਬੰਦਾ ਕਈ ਕੰਮ ਹੋਰ ਸੋਚ ਲੈਂਦਾ ਪਰ ਤੁਸੀਂ ਰੀਅਲ ਏਸਟੇਟ ਦੇ ਵਿੱਚ ਹੀ ਕਿਉਂ ਆਏ ਸਚਾਰਗਲ ਜੀ ਸਾਰੇ ਪੀਟੀਸੀ ਦੇ ਦਰਸ਼ਕਾਂ ਨੂੰ ਤੇ ਮੈਂ ਰਮਨ ਸਿੰਘ ਬਿੰਦਰਾ ਮੈਂ 2017 ਡਿਸੰਬਰ ਵਿੱਚ ਆਇਆ ਸੀ ਰੀਸੈਂਟਲੀ ਮੈਂ 3 ਸਾਲ ਕੰਪਲੀਟ ਕੀਤੇ ਕੰਟਰੀ ਦੇ ਵਿੱਚ ਤੇ ਜਿਵੇਂ ਕਿ ਗੁਰਿੰਦਰ ਜੀ ਨੇ ਕਿਹਾ ਕਿ ਹਾਂ ਜੀ ਜੀ ਮੈਂ ਇੱਕ ਫੈਮਲੀ ਮੈਂਬਰ ਹੈਗਾ ਵਾਂ ਹਰਮਨ ਜੀ ਦਾ ਗੁਰਦੀਪ ਵੀਰ ਜੀ ਦਾ ਤੇ ਉਸ ਕਰਕੇ ਮੈਂ ਗ੍ਰੈਜੂਏਟ ਹੋਇਆ ਸੀ 2017 ਜੂਨ ਦੇ ਵਿੱਚ ਦਿੱਲੀ ਦੇ ਵਿੱਚ ਐਂਡ ਆਫਟਰ ਗ੍ਰੈਜੂਏਟਿੰਗ ਮੈਂ ਜਦ ਇੱਥੇ ਆਇਆ ਲਾਈਕ ਏਵਰੀ ਅਦਰ ਇਮੀਗ੍ਰੈਂਟ ਜਦ ਇਸ ਕੰਟਰੀ ਚ ਆਉਂਦਾ ਦੇ ਕਮ ਅਪ ਵਿਦ ਅ ਹਿਊਜ ਹੋਪ ਕਿ ਹਾਂ ਵੀ ਸਾਰਿਆਂ ਦਾ ਇੱਕ ਬ੍ਰਾਈਟ ਫਿਊਚਰ ਹੋਵੇ ਦ ਰੀਅਲ ਏਸਟੇਟ ਇੱਕ ਐਹੋਜੀ ਫੀਲਡ ਰਹੀ ਹੈ ਸ਼ੁਰੂ ਤੋਂ ਇਸ ਕੰਟਰੀ ਦੇ ਵਾਸਤੇ ਜਿਹੜੀ ਕਿ ਹਰ ਬੰਦੇ ਵਾਸਤੇ ਇੱਕ ਬੈਕਬੋਨ ਕਾਉਂਟ ਹੁੰਦੀ ਹੈ ਕਿਉਂਕਿ ਹਰ ਬੰਦਾ ਐ ਹੀ ਡ੍ਰੀਮ ਕਰਦਾ ਹੈ ਇਸ ਕੰਟਰੀ ਦੇ ਵਿੱਚ ਕਿ ਅਸੀਂ ਆਪਣਾ ਇੱਕ ਘਰ ਲੈ ਸਕੀਏ ਪਰ ਉਹਦੇ ਵਿੱਚ ਹਾਰਡਸ਼ਿਪਸ ਬਹੁਤ ਸਾਰੀਆਂ ਆਂਦੀਆਂ ਨੇ ਕਿਉਂ ਕਿ ਕੋਈ ਵੀ ਉਹਨਾਂ ਨੂੰ ਪ੍ਰੋਪਰਲੀ ਨੋਲੇਜ ਨਹੀਂ ਪ੍ਰੋਵਾਈਡ ਕਰ ਪਾਉਂਦਾ ਤੇ ਸਾਡੀ ਕਮਿਊਨਿਟੀ ਦੇ ਬੰਦੇ ਵਿਚਾਰੇ ਇਸ ਕਰਕੇ ਆਪਣੇ ਆਪ ਨੂੰ ਰੋਕ ਲੈਂਦੇ ਨੇ ਕਿ ਨਹੀਂ ਯਾਰ ਅਸੀਂ ਇੰਨੀ ਡਾਊਨ ਪੇਮੈਂਟ ਦਵਾਂਗੇ ਤੇ ਅਸੀਂ ਘਰ ਲੈ ਪਾਵਾਂਗੇ ਜਾਂ ਹਾਂ ਬਈ ਅਗਰ ਅਸੀਂ ਕੀ ਕਹਿੰਦੇ ਨੇ ਬਲੌਂਗ ਆਇਲੈਂਡ ਘਰ ਲਈਏ ਕੁਇਨਸ ਘਰ ਲਈਏ ਕਿਸ ਚੀਜ਼ ਦਾ ਫਾਇਦਾ ਹੋਏਗਾ ਕਿਸ ਚੀਜ਼ ਦਾ ਨੁਕਸਾਨ ਹੋਏਗਾ ਤੇ ਉਹਨਾਂ ਦੇ ਵਾਸਤੇ ਅਸੀਂ ਕੀ ਕੋਸ਼ਿਸ਼ ਕਰਨਿਆ ਕਿ ਅਸੀਂ ਬੈਸਟ ਟੂ ਬੈਸ ਸਰਵਿਸ ਪ੍ਰੋਵਾਈਡ ਕਰਕੇ ਚਾਹੇ ਉਹ ਫਿਰ ਆਪਣੀ ਲੈਂਗੁਏਜ ਨਾਲ ਹੈਲਪ ਕਰਕੇ ਕਿਉਂਕਿ ਕਈ ਵਾਰ ਲੈਂਗੁਏਜ ਬੈਰੀਅਰ ਬਹੁਤ ਵੱਡਾ ਰੋਲ ਕਰਦਾ ਹੈ ਤੇ ਅਸੀਂ ਇਹ ਯੋ ਕੋਸ਼ਿਸ਼ ਰੱਖਨੇ ਆ ਕਿ ਹਾਂਜੀ ਜੀ ਅਸੀਂ ਪੰਜਾਬੀ ਵਿੱਚ ਹਿੰਦੀ ਵਿੱਚ ਇੱਥੇ ਤੱਕ ਕਿ ਸਾਡੇ ਕੋਲ ਹੋਰ ਵੀ ਹੈਗੇ ਨੇ ਸਾਡੇ ਇੱਥੇ ਜੋ ਫੈਮਿਲੀ ਮੈਂਬਰਸ ਜਿਹੜੇ ਕਿ ਬਾਇਲਿੰਗੁਅਲ ਨੇ ਉਹ ਹੋਰ ਵੀ ਲੈਂਗੁਏजेस ਬੋਲ ਸਕਦੇ ਨੇ ਤੇ ਉਹ ਬਹੁਤ ਹੀ ਫਾਇਦੇਮੰਦ ਚੀਜ਼ ਹੁੰਦੀ ਹੈ ਤੇ ਜਦ ਕਿਸੇ ਨੇ ਵੀ ਘਰ ਲੈਣਾ ਹੋਵੇ ਜਾਂ ਵੇਚਣਾ ਹੋਵੇ ਤੇ ਜਿਵੇਂ ਕਿ ਹਰਮਨ ਜੀ ਨੇ ਦੱਸਿਆ ਕਿ ਉਹ 89 ਦੇ ਐਚੀਜ਼ ਕਰ ਰਹੇ ਨੇ ਤੇ ਪਲੱਸ ਇਹ ਜੋ ਆਫਿਸ ਹੈਗਾ ਉਹਨਾਂ ਨੇ ਆਪਣਾ ਆਫਿਸ 95 ਵਿੱਚ ਸਟਾਰਟ ਕਰਤਾ ਸੀ ਐਂਡ ਨਾਓ ਇਟ ਕਮਿੰਗ ਆਊਟ ਟੂ ਬੀ ਲਾਈਕ 25 26 ਇਅਰਸ ਕਿ ਉਹਨਾਂ ਨੂੰ ਹੋ ਗਏ ਨੇ ਇਸ ਬਿਜ਼ਨਸ ਦੇ ਵਿੱਚ ਕਿ ਉਹ ਉਹਨਾਂ ਨੂੰ ਹਰ ਇੱਕ ਚੀਜ਼ ਦੀ ਨੋਲੇਜ ਹੈਗੀ ਹੈ ਨਾ ਕਿ ਖਾਲੀ ਇੱਕ ਰੀਅਲ ਅਸਟੇਟ ਇੰਡਸਟਰੀ ਜੋ ਕਿ ਸੇਲਿੰਗ ਐਂਡ ਬਾਇੰਗ ਪਾਰਟ ਦੇ ਦਿੰਦੀ ਹੈ ਇੱਥੇ ਤੱਕ ਕਿ ਮਾਰਗੇਜ ਤੱਕ ਵੀ ਤੇ ਅਸੀਂ ਇੱਕੋ ਛੱਤ ਤਲੇ ਹਰ ਇੱਕ ਕਸਟਮਰ ਵਾਸਤੇ ਇਹੋ ਕੋਸ਼ਿਸ਼ ਕਰਨੇ ਆ ਕਿ ਉਹ ਜਦ ਅੰਦਰ ਐਂਟਰ ਕਰਨ ਤੇ ਬਾਹਰ ਜਾਂਦੇ ਉਹਨਾਂ ਕੋਲ ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਜ਼ਰੂਰ ਹੋਵੇ ਉਹਨਾਂ ਕੋਲ ਹਰਮਨ ਵੀਰ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵਿਨੀ ਜੀ ਨੇ ਇਹ ਦੱਸਿਆ ਕਿ ਰੀਅਲ ਏਸਟੇਟ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਐਂਟਰ ਹੋ ਸਕਦੇ ਹੋ ਲਾਇਸੈਂਸ ਦੇ ਵਿੱਚ ਤੁਹਾਡੀ ਮਦਦ ਕੀਤੀ ਹੋ ਸਕਦਾ ਤੁਸੀਂ ਥੋੜੀ ਦੇਰ ਉਹਨਾਂ ਦੇ ਨਾਲ ਕੰਮ ਸਿੱਖਿਆ ਵੀ ਹੋਵੇ ਪਰ ਤੁਹਾਡੇ ਬੋਰਡ ਤੇ ਓਮਨੀ ਮਾਰਗੇਜ ਲਿਖਿਆ ਹੋਇਆ ਪਹਿਲੀ ਗੱਲ ਤੇ ਕਿ ਓਮਨੀ ਕਿਉਂ ਰੱਖਿਆ ਓਮਨੀ ਹੁੰਦਾ ఎవਰੀਥਿੰਗ ਆਲ ਤੁਸੀਂ ਇਹ ਨਾ ਓਮਨੀ ਕਿਉਂ ਰੱਖਿਆ ਤੇ ਤੁਸੀਂ ਰੀਅਲ ਏਸਟੇਟ ਦੇ ਬਜਾਏ ਮਾਰਗੇਜ ਕਿਉਂ ਨਾ ਰੱਖਿਆ ਦੇਖੋ ਜੀ ਇੱਕ ਰੀਅਲ ਏਸਟੇਟ ਤੇ ਮਾਰਗੇਜ ਇੱਕ ਦੋ ਡਿਫਰੈਂਟ ਬਿਜ਼ਨਸ ਹੁੰਦੇ ਨੇ ਇੱਕ ਰੀਅਲ ਅਸਟੇਟ ਦਾ লাইসেন্স ਲੈਣਾ ਪੈਂਦਾ ਵੇ ਜਿਹੜਾ ਅਸੀਂ ਲਿਆ ਰੀਅਲ ਅਸਟੇਟ ਦਾ লাইসেন্স ਮੈਂ ਵਿਨੀ ਦੇ ਨਾਲ ਕੰਮ ਕਰਕੇ ਤੇ ਮੈਂ ਉਹਨਾਂ ਨਾਲ ਆਪਣਾ 88 ਤੋਂ ਲੈ ਕੇ 95 ਦਾ ਕੰਮ ਕੀਤਾ ਉਹਨਾਂ ਨਾਲ ਉਸ ਤੋਂ ਬਾਅਦ 95 'ਚ ਅਸੀਂ ਇੱਕ ਚੀਜ਼ ਦੇਖੀ ਕਿ ਸਾਡੀ ਕਮਿਊਨਿਟੀ ਵਿੱਚ ਇੱਕ ਹੋਰ ਨੀਡ ਸੀ ਕਿ ਮਾਰਗੇਜ ਦੀ ਕਿ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਹੈ ਕਿ ਜੇਕਰ ਤੁਹਾਡਾ ਘਰ ਦੀ ਫਾਈਨਾਂਸਿੰਗ ਨਹੀਂ ਹੋਈ ਤੇ ਤੁਹਾਨੂੰ ਘਰ ਨਹੀਂ ਮਿਲ ਸਕਦਾ ਜਿਹੜਾ ਤੁਸੀ ਆਪਣੇ ਤੁਹਾਡੇ ਸੁਪਨਿਆਂ ਦਾ ਘਰ ਹੁੰਦਾ ਵੇ ਉਹਨੂੰ ਲੈਣ ਵਾਸਤੇ ਇੱਕ ਲੋਨ ਜ਼ਰੂਰ ਅਰੇਂਜ ਹੋਣਾ ਕਰਨਾ ਪੈਂਦਾ ਵੇ ਤੇ ਸਾਡੀ ਕਮਿਊਨਿਟੀ 'ਚ ਸੇਮ ਇੱਕ ਨੀਡ ਆਈ ਕਿ ਬਈ ਮੌਰਗੇਜ ਦੀ ਦਿੱਕਤ ਆ ਰਹੀ ਸੀ ਆਪਣੇ ਲੋਕਾਂ ਨੂੰ ਕਿ ਮੌਰਗੇਜ ਕਰਾਣੀ ਹੈ ਆਪਣੀ ਲੈਂਗੁਏਜ ਬੈਰੀਅਰ ਹੋ ਗਿਆ ਇਨਕਮ ਦੇ ਇਸ਼ੂ ਹੋ ਗਏ ਉਸ ਕਰਕੇ 95 ਵਿੱਚ ਸਾਨੂੰ ਕਾਫੀ ਡਿਮਾਂਡ ਆਈ ਵੀ ਤੁਸੀਂ ਮੌਰਗੇਜ ਆ ਵੀ ਸਾਨੂੰ ਕੋ ਰਿਕਮੈਂਡ ਕਰੋ ਜਾਂ ਮੌਰਗੇਜ ਆ ਕੰਮ ਕਰੋ ਤੇ 95 ਚ ਮੈਂ ਮੌਰਗੇਜ ਆ ਵੀ ਕੰਮ ਸ਼ੁਰੂ ਕਰਤਾ ਅਸੀਂ ਲਾਇਸੈਂਸ ਅਪਲਾਈ ਕੀਤਾ ਸੇਮ 96 ਜਿਹੜੀ ਫੁੱਲ ਸਕੇਲ ਤੇ ਮੌਰਗੇਜ ਆ ਕੰਮ ਸ਼ੁਰੂ ਕੀਤਾ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਮੌਰਗੇਜ ਆ ਫੁੱਲ ਸਕੇਲ ਤੇ ਅਸੀਂ ਕੰਪਨੀ ਦਾ ਨਾਮ ਚੂਜ਼ ਕਰਨਾ ਸੀ ਤੇ ਅਸੀਂ ਬੜੇ ਸਾਰੇ ਨਾਮ ਰੱਖੇ ਪੇਪਰ ਤੇ ਲਿਖੇ ਤੇ ਨਾਮ ਫਿਰ ਨੈਰੋਡਾਉਨ ਕਰਦੇ ਰਹੇ ਕਰਦੇ ਰਹੇ ਸਰਵੇ ਕਰਾਉਂਦੇ ਰਹੇ ਵੀ ਕਿਹੜਾ ਨਾਮ ਹੈ ਤੇ ਅਲਟੀਮੇਟਲੀ ਜਦੋਂ ਅਸੀਂ ਇੱਕ ਨਾਮ ਆਇਆ ਓਮਨੀ ਸਾਹਮਣੇ ਤੇ ਓਮਨੀ ਦਾ ਮਤਲਬ ਹੁੰਦਾ ਐਵਰੀਵੇਅਰ ਤੇ ਉਹ ਨਾਮ ਫਿਰ ਅਸੀਂ ਉਹਨੂੰ ਕਾਫੀ ਦਿਨ 15 20 ਦਿਨ ਅਸੀਂ ਕਾ ਡਿਸਕਸ ਕਰਦੇ ਰਹੇ ਤੇ ਐਵੇਂ ਅਸੀਂ ਇਹ ਨਾਮ ਨੂੰ ਅਸੀਂ ਫਾਈਨਲਾਈਜ਼ ਕੀਤਾ ਤੁਹਾਨੂੰ ਤਿੰਨ ਤਿੰਨ ਚਾਰ ਮਹੀਨੇ ਲੱਗੇ ਨਾਮ ਫਾਈਨਲ ਕਰਨ ਚ ਮਗਰ ਤਾਂ ਐਵੇਂ ਅਸੀਂ ਨਾਮ ਫਿਰ ਨੈਰੋਡਾਉਨ ਕਰਕੇ ਤੇ ਇਹ ਓਮਨੀ ਆਇਆ ਤੇ ਓਮਨੀ ਮਾਰਗੇਜ ਜਦੋਂ ਸ਼ੁਰੂ ਕੀਤੀ ਕੰਪਨੀ ਸੇਮ ਜਿਵੇਂ ਸਾਨੂੰ ਕਮਿਊਨਿਟੀ ਤੋਂ ਬੜੀ ਸਪੋਰਟ ਮਿਲੀ ਕੰਪਨੀ ਕਾਫੀ ਤਰੱਕੀ ਕੀਤੀ ਕ ਤੇ ਉਸ ਤੋਂ ਬਾਅਦ ਫਿਰ ਜਦੋਂ ਹੁਣ ਅਸੀਂ ਰੀਅਲ ਅਸਟੇਟ ਨਾਲ ਚਲਦੀ ਹੈ ਮਾਰਗੇਜ ਚਲਦੀ ਹੈ ਤੇ ਰੀਅਲ ਅਸਟੇਟ ਦੇ ਵਿੱਚ ਦੁਬਾਰਾ ਫਿਰ ਇੱਕਦਮ ਡਿਮਾਂਡ ਆਈ ਵੀ ਤੁਸੀਂ ਰੀਅਲ ਅਸਟੇਟ ਘੱਟ ਕਰਦੇ ਹੋ ਮਾਰਗੇਜ ਜ਼ਿਆਦਾ ਕਰਦੇ ਹੋ ਤੇ ਤੁਸੀਂ ਰੀਅਲ ਅਸਟੇਟ ਵੀ ਕਿਉਂ ਨਹੀਂ ਕਰਦੇ ਨਾਲ ਤੇ ਆ ਰੀਸੈਂਟਲੀ ਸਾਨੂੰ ਬਹੁਤ ਹੀ ਜ਼ਿਆਦਾ ਕਾਲਾਂ ਆਉਂਦੀਆਂ ਨੇ ਕਰ ਲੈਣ ਵਾਸਤੇ ਬੜੇ ਸਾਡੇ ਇਹ ਨਦਰਸ਼ਕਾਂ ਆਂਦੀਆਂ ਤੇ ਅਸੀਂ ਉਸ ਕਰਕੇ ਅਸੀਂ ਰੀਅਲ ਅਸਟੇਟ ਦਾ ਪਾਰਟ ਵੀ ਨਾਮ ਇਜ਼ੀ ਰੱਖਿਆ ਹੈ ਓਮਨੀ ਰੀਅਲਟੀ ਓਮਨੀ ਮਾਰਗੇਜ ਜਿਹਦੇ ਨਾਲ ਕਿ ਰਿਲੇਟ ਹੋ ਜਾਏ ਕਿ ਇੱਕੋ ਇੱਕੋ ਗਰੁੱਪ ਹੈਗਾ ਵੇ ਕੰਪਨੀਆਂ ਦਾ ਤੇ ਇੱਕੋ ਓਨਰਸ਼ਿਪ ਹੈ ਦਾ ਇੱਕੋ ਜਿਵੇਂ ਇੱਕ ਸਾਡੀ ਦੇਸੀ ਜਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਆਮ ਤੌਰ ਤੇ ਦੇਖਿਆ ਗਿਆ ਕਿ ਪਿੱਲੋ ਬੈਂਕਿੰਗ ਕਿ ਪੈਸੇ ਬੈਂਕ ਵਿੱਚ ਨਹੀਂ ਜਮ੍ਹਾਂ ਕਰਾਉਣੇ ਘਰ ਦੇ ਵਿੱਚ ਹੀ ਲੈ ਰੱਖੜੇ ਆ ਕਿ ਉਹ ਜੀ ਸਰਾਣੇ ਵਿੱਚ ਦੇ ਲਓ ਉਹ ਜੀ ਚੌਲਾ ਵਿੱਚ ਰੱਖ ਲਓ ਤੇ ਉਹ ਫਿਰ ਜਦੋਂ ਲੋਨ ਲੈਣਾ ਹੁੰਦਾ ਬੜੀ ਪ੍ਰੋਬਲਮ ਆਉਂਦੀ ਹੋਊਗੀ ਤੇ ਉਹ ਕਿਸ ਤਰ੍ਹਾਂ ਉਹਨੂੰ ਮੈਨੇਜ ਕਰਦੇ ਸੀ ਦੇਖੋ ਜੀ ਰੂਲ ਤੇ ਹੈਗਾ ਹੋਵੇ ਕਿ ਪੈਸੇ ਤੁਹਾਡੇ ਬੈਂਕ ਵਿੱਚ 2 ਮਹੀਨੇ ਪਹਿਲੇ ਹੋਣੇ ਚਾਹੀਦੇ ਨੇ ਜਦੋਂ ਤੁਸੀਂ ਕੰਟਰੈਕਟ ਸਾਈਨ ਕੀਤਾ ਜਾਂ ਤੁਸੀਂ ਕਾਰ ਦਾ ਕੋਈ ਫਾਈਨਲਾਈਜ਼ ਕੀਤਾ ਮਗਰ ਐਵੇਂ ਕਿ ਉਹਦੇ ਵਿੱਚ ਕਾਫੀ ਹਰ ਜਿਵੇਂ ਕੰਮ ਦੇ ਵਿੱਚ ਕੋਈ ਨਾ ਕੋਈ ਜੁਗਾੜ ਹੁੰਦਾ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਰਸਤਾ ਹੁੰਦਾ ਕੋਈ ਟ੍ਰਿਕ ਹੁੰਦੀ ਹੈ ਤੇ ਉਸ ਵਾਸਤੇ ਅਗਰ ਪੈਸੇ ਬੈਂਕ ਚ ਨਹੀਂ ਨੇ ਜਾਂ ਤੁਸੀਂ ਕਿਸੇ ਕੋਲ ਗਿਫਟ ਲੈਣੇ ਨੇ ਤੇ ਗਿਫਟ ਕਿਵੇਂ ਲੈਣਾ ਵੇ ਕੋਈ ਫੈਮਿਲੀ ਮੈਂਬਰ ਵੀ ਗਿਫਟ ਦਿੰਦੇ ਨੇ ਜਾਂ ਤੁਹਾਡੇ ਕੋਲ ਥੋੜੇ ਬੋਤੇ ਪੈਸੇ ਕੈਸ਼ ਪਏ ਹੋਏ ਨੇ ਉਹ ਕੈਸ਼ ਕੀ ਨਾ ਉਹਦੀ ਜਸਟੀਫਿਕੇਸ਼ਨ ਲੈਣੀ ਪੈਂਦੀ ਹੈ ਵੀ ਪੈਸੇ ਮੈਚ ਜੋੜੇ ਹੈ ਸਾਡੇ ਕਈ ਸੀਨੀਅਰ ਲੋਗ ਸਾਡੀ ਕਮਿਊਨਿਟੀ ਹੈਗੇ ਨੇ ਮੈਂਬਰ ਕਿ ਜਿਹੜੇ ਨਹੀਂ ਬਿਲੀਵ ਕਰਦੇ ਬੈਂਕਾਂ ਚ ਪੈਸਾ ਰੱਖਣਾ ਉਹ ਚੈੱਕ ਮਿਲਿਆ ਜਾ ਕੇ ਕੈਸ਼ ਕਰਾ ਲਿਆ ਉਹਨੂੰ ਘਰ ਰ ਜਿਹੜੇ ਕਿ ਸੇਫ ਨਹੀਂ ਹੁੰਦੇ ਰੱਖਣੇ ਮਗਰ ਸਾਡਾ ਪੁਰਾਣਾ ਹੁੰਦਾ ਸਾਡਾ ਕਲਚਰ ਐ ਟ੍ਰੈਡੀਸ਼ਨ ਐ ਕਿ ਘਰ ਦੇ ਵਿੱਚ ਪੈਸੇ ਕੈਸ਼ ਥੋੜੇ ਬਹੁਤ ਜ਼ਰੂਰ ਹੋਣੇ ਚਾਹੀਦੇ ਨੇ ਉਹਦੇ ਵਾਸਤੇ ਡਿਪੈਂਡ ਕਰਦਾ ਫਿਰ ਉਹ ਤੁਸੀਂ ਆਣਾ ਬੈਠੋਗੇ ਤੁਹਾਨੂੰ ਅਸੀਂ ਡਿਟੇਲ ਚ ਦੇਖਾਂਗੇ ਐਨਲਾਈਜ਼ ਕਰਾਂਗੇ ਕਿ ਪੈਸੇ ਕਿਵੇਂ ਜੁੜੇ ਕੋਈ ਬਰਥਡੇ ਸੀ ਬਚੀ ਬੱਚੇ ਦਾ ਤੇ ਤੁਹਾਨੂੰ ਸਗਣ ਮਿਲਿਆ ਪੈਸਿਆਂ ਦਾ ਉਹ ਪੈਸੇ ਤਿੰਨ ਚਾਰ ਪੰਜ ਜੜਾ ਇਕੱਠੇ ਹੋ ਗਏ ਨੇ ਤੇ ਉਹਦੇ ਵਾਸਤੇ ਤੁਹਾਨੂੰ ਸਾਨੂੰ ਮਿਲਣਾ ਪਏਗਾ ਤੇ ਆ ਕੇ ਮਿਲੋਗੇ ਤੁਹਾਨੂੰ ਡਿਟੇਲ ਚ ਅਸੀਂ ਸਮਝਾ ਦਾਂਗੇ ਕਿ ਇਹ ਪੈਸੇ ਨੂੰ ਅਸੀਂ ਕਿਵੇਂ ਬੈਂਕ ਚ ਪਾ ਸਕਦੇ ਆ ਅ ਗਰਦੀਪਾ ਜੀ ਓਮ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਕੰਮ ਕਰਦੀ ਹੈ ਤੇ ਕੀ-ਕੀ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ ਆਮਨੀ ਮਾਰਕਸਾ ਦੇਖੋ ਅਸੀਂ ਨਿਊਯਾਰਕ ਦੇ ਵਿੱਚ ਕਿਧਰੇ ਵੀ ਲੋਨ ਕਰ ਸਕਦੇ ਹਾਂ ਹਰਮਨ ਪਾਜੀ ਜੇ ਮੈਂ ਕਰ ਦਿੰਦੇ ਆਮਨੀ ਮਾਰਕਸ ਸਾਰਾ ਹਰਮਨ ਪਾਜੀ ਹੈਂਡਲ ਕਰਦੇ ਆ ਤੇ ਉਹ ਤਾਂ ਨਿਊਯਾਰਕ ਚ ਅਸੀਂ ਕਿਧਰੇ ਵੀ ਕਰ ਸਕਦੇ ਆ ਬਾਕੀ ਆਮਨੀ ਰੀਅਲਟੀ ਹੈ ਜਿਹੜੀ ਆਮਨੀ ਰੀਅਲਟੀ ਬੇਸਿਕਲੀ ਅਸੀਂ ਡੀਲ ਕਰਦੇ ਆ ਕੁਇਨ ਸਿਚ ਸਫਕ ਤੇ ਨਾਸੋ ਦੇ ਵਿੱਚ ਤੇ ਬਰੁਕਲਿਨ ਦਾ ਸਮ ਪਾਰਟ ਵੀ ਅਸੀਂ ਕਵਰ ਕਰਦੇ ਆ ਤੇ ਕੁਇਨਸ ਨਾਸੋ ਐਂਡ ਸਫਕ ਤਾਨੂੰ ਕਿਧਰੇ ਵੀ ਕਿਸੇ ਵੀ ਘਰ ਦੇ ਕੋਈ ਰਿਕੁਆਇਰਮੈਂਟ ਹੈ ਘਰ ਖਰੀਦਣਾ ਹੈ ਵੇਚਣਾ ਹੈ ਅਸੀਂ ਉਸ ਚੀਜ਼ ਨੂੰ ਬੜੀ ਚੰਗੇ ਤਰ੍ਹਾਂ ਹੈਂਡਲ ਕਰਦੇ ਹਾਂ ਲੌਂਗ ਆਇਲੈਂਡ ਦੇ ਵਿੱਚ ਬੇਸਡ ਕਰਕੇ ਅਸੀਂ ਲੌਂਗ ਆਇਲੈਂਡ ਤੋਂ ਸਫਕ ਵੀ ਸਾਡੇ ਵਾਸਤੇ ਬਹੁਤ ਈਜ਼ੀ ਰਿਕਵਰ ਕਵਰ ਹੋ ਜਾਂਦਾ ਹੈ ਤੇ ਕুইਨਸਿ ਸਿ ਤੇ ਅਸੀਂ ਹੈ ਹੀ ਹਾਂ ਤੇ ਕুইਨਸਿ ਅਸੀਂ ਸਾਰਾ ਕਵਰ ਕਰਦੇ ਹਾਂ ਤੇ ਇਸ ਕਰਕੇ ਤੁਸੀਂ ਅਗਰ ਕਿਸੇ ਵੀ ਤਰੀਕੇ ਦੀ ਕੋਈ ਰਿਕੁਆਇਰਮੈਂਟ ਹੈ ਤੁਹਾਨੂੰ ਕੋਈ ਫ੍ਰੀ ਐਨਾਲਿਸਿਸ ਲੈਣਾ ਹੈ ਤੁਸੀਂ ਕੋਈ ਨੌਲੇਜ ਲੈਣੀ ਹੈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਐਨੀ ਟਾਈਮ ਸਾਡੇ ਆਫਿਸ ਆ ਸਕਦੇ ਹੋ ਵਿਦਆਊਟ ਅਪਾਇੰਟਮੈਂਟ ਆ ਸਕਦੇ ਹੋ ਤੁਸੀਂ ਸਾਡੇ ਨਾਲ ਬੈਟਾ ਡਿਸਕਸ ਕਰੋ ਪਲਾਨ ਕਰੋ ਤੇ ਅਸੀਂ ਉਸ ਪਲਾਨ ਨੂੰ ਪੂਰੇ ਕਰਨ ਦੇ ਵਿੱਚ ਤੁਹਾਡੀ ਪੂਰੀ ਪੂਰੀ ਹੈਲਪ ਕਰਾਂਗੇ ਸੋ ਓਮਨੀ ਮਾਰਗੇਜ ਤੇ ਓਮਨੀ ਰਿਐਲਟੀ ਦੇ ਨਾਲ ਸਾਡਾ ਇਹ ਸ਼ੋ ਲਗਾਤਾਰ ਚੱਲਦਾ ਰਹੇਗਾ ਹੁਣ ਸਾਡਾ ਇਹ ਟਾਈਮ ਸਮਾਪਤ ਹੋ ਰਿਹਾ ਹੈ ਅਗਲੇ ਸ਼ੋ ਦੇ ਵਿੱਚ ਅਸੀਂ ਬਾਕੀ ਗੱਲਾਂ ਇਹਨਾਂ ਤੋਂ ਪੁੱਛਾਂਗੇ ਕੀ ਕੀ ਬਰੀਕੀਆਂ ਹਨ ਰੀਅਲ ਸਟੇਟ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਮਕਾਨ ਆਪਣਾ ਖਰੀਦ ਸਕਦੇ ਹੋ ਕੀ ਇਹ ਤੁਹਾਡੀ ਮਦਦ ਕਰਨਗੇ ਤੁਹਾਡੇ ਕੋਲ ਆਪਣੇ ਫੰਡ ਨਹੀਂ ਹਨ ਰਿਸ਼ਤੇਦਾਰ ਦੇ ਕੋਲੋਂ ਮਦਦ ਲੈਣੀ ਸਾਰੀਆਂ ਗੱਲਾਂ ਤੁਹਾਨੂੰ ਇਹ ਖੋਲ ਕੇ ਦੱਸਣਗੇ ਇਸ ਸ਼ੋਅ ਦੇ ਰਾਹੀਂ ਬਣੇ ਰਹੋ ਇਸ ਸ਼ੋਅ ਦੇ ਨਾਲ